ਆਪਰੇਸ਼ਨ ਬੀਐਸਐਫ ਐਸਟੀਐਫ ਤੇ ਆਰਮੀ ਸਾਂਝਾ ਆਪਰੇਸ਼ਨ ਸੀਗਾ ਜਦੋਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਇਹ ਸਾਰੇ ਸ਼ੇਅਰ ਕਰਕੇ ਤੇ ਉਸ ਨੂੰ ਇੱਕ ਸਾਂਝਾ ਆਪਰੇਸ਼ਨ ਲਿਖਿਆ ਗਿਆ ਜਿਸ ਦੇ ਤਹਿਤ ਸਾਨੂੰ ਕਾਮਯਾਬੀ ਹਾਸਲ ਹੋਈ ਵੀ ਸਰਚ ਦੌਰਾਨ ਇੱਕ ਡਰੋਨ ਐਕਸੋਕੋਪਟਰ ਚਾਈਨਾ ਮੇਡ ਤੇ 3 ਕਿਲੋ 200 ਗ੍ਰਾਮ ਹੈਰੋਇਨ ਉਹਦੇ ਪੈਕਟਸ ਦੇ ਵਿੱਚ ਸੀ ਵੀ ਜਿਹੜੀ ਕਿ ਉਹ ਕੰਮ ਹੋਈ ਹੈ ਅਤੇ ਉਸ ਦੇ ਵਿੱਚ ਜਿਹੜੇ ਸਾਡੇ ਇਹਨਾਂ ਦੇ ਬੀਐਸਐਫ ਆਰਮੀ ਐਸਟੀਐਫ ਜਿਹੜਾ ਸਾਂਝਾ ਆਪਰੇਸ਼ਨ ਇਹਦੇ ਵਿੱਚ ਜਿਹੜੇ ਵੀ ਸਾਨੂੰ ਅੱਗੇ ਇਸ ਸੰਬੰਧੀ ਬੰਦੇ ਨਹੀਂ ਮਿਲੇ ਉਸ ਦੀ ਜਲਦੀ ਉਹਨਾਂ ਨੂੰ ਕਾਬੂ ਕਰ ਲਵਾਂਗੇ ਜਿਹੜਾ ਸਾਡਾ ਇਸ ਸੰਬੰਧੀ ਅਸੀਂ ਕਾਫੀ ਇਹਦੇ ਬਾਰੇ ਵੀ ਨੇੜੇ ਹੋ ਚੁੱਕੇ ਹਾਂ ਨਹੀਂ ਅਸੀਂ ਕਰ ਰਹੇ ਹਾਂ ਹਜੇ ਇਸ ਨੂੰ ਇਨਵੈਸਟੀਗੇਸ਼ਨ ਦਾ ਪਾਰਟ ਹਜੇ ਨਹੀਂ ਦੱਸ ਸਕਦੇ ਬਟ ਮੋਸਟ ਪ੍ਰੋਬਬਲੀ ਅਸੀਂ ਜਿਹੜੀ ਇਨਪੁਟ ਜਿਹੜੀ ਸਾਡੇ ਕੋਲ ਹੈਗੀ ਆ ਉਹਦੇ ਮੁਤਾਬਕ ਜਿਹੜੇ ਕੁਛ ਸ਼ੱਕ ਹੈ ਅਸੀਂ ਉਹਨਾਂ 'ਤੇ ਸਰ ਪਾਕਿਸਤਾਨ ਤੋਂ ਆਇਆ ਸੀਗਾ ਡਰੋਨ ਹਾਂਜੀ ਹਾਂਜੀ ਸਰ ਇਹਦਾ ਪੈਕਟ ਕਿੰਨੇ ਆਏ ਸੀ ਪਹਿਲਾਂ ਇਹਦੇ 4 ਪੈਕਟ ਕੁੱਲ ਵਜ਼ਨ 3 ਕਿਲੋ 200 ਗ੍ਰਾਮ ਅਤੇ ਉਸ ਤੋਂ ਐਕਸਟਰਾ ਕਹਿ ਲਓ ਉਹਦਾ ਜਿਹੜਾ ਪੈਕਿੰਗ ਮਟੀਰੀਅਲ ਹੈ ਉਸ ਤੋਂ ਐਕਸਟਰਾ ਇਹਦੇ ਕੰਟਰਾਬੈਂਡ ਆ ਉਹ ਅਤੇ ਇਹ ਜਦੋਂ ਹੁਣ ਜਿਹੜੀਆਂ ਰਿਕਵਰੀਜ਼ ਪਿਛਲੇ ਸਮੇਂ 'ਚ ਜਿਹੜੀਆਂ ਸਰਕਾਰ ਵੱਲੋਂ ਜਿਹੜੀ ਇਹ ਮੁਹਿੰਮ ਚੱਲ ਰਹੀ ਹੈ ਅਤੇ ਸਾਡੇ ਡੀ ਜੀ ਪੀ ਸਾਹਿਬ ਵੱਲੋਂ ਡੀ ਜੀ ਪੀ ਸਪੈਸ਼ਲ ਡੀ ਜੀ ਐਸ ਟੀ ਐਫ ਉਹਦੇ ਵਿੱਚ ਅਸੀਂ ਲਗਾਤਾਰ ਹੀ ਜਿਹੜੀਆਂ ਰਿਕਵਰੀ ਜਿਵੇਂ ਕੱਲ੍ਹ ਦੇ ਦਿਨ ਤੁਸੀਂ ਉੱਧਰ ਦੇਖਿਆ ਕਾਫੀ 41 KG ਉੱਧਰ ਵੀ ਰਿਕਵਰੀ ਸਾਡੇ ਐਸ ਟੀ ਐਫ ਵੱਲੋਂ ਹੀ ਉੱਧਰ ਦੇ ਪਾਸੇ ਵੀ ਹੋਈ ਹੈ ਅੰਮ੍ਰਿਤਸਰ ਸਾਈਡ 'ਤੇ ਇਵੇਂ ਆਹ ਜਿਹੜੀ ਇੱਥੇ ਸਾਰਾ ਤਾਲਮੇਲ ਸਾਡਾ ਬੜਾ ਵਧੀਆ ਆਰਮੀ ਨਾਲ ਬੀ ਐਸ ਐਫ ਨਾਲ ਅਤੇ ਸਾਡੇ ਅਸੀਂ ਇਵੇਂ ਜਿਵੇਂ ਕੰਪਿਊਟਰ ਇੰਟੈਲੀਜੈਂਸ ਵੱਲੋਂ ਵੀ ਜਿਹੜੀਆਂ ਰਿਕਵਰੀ ਸਪੀਡ ਦੇਣਾ ਚਾਹੀਦਾ ਹੈ ਉਸ ਤੋਂ ਪਹਿਲਾਂ ਬੀ ਐਸ ਐਫ ਦੇ ਨਾਲ ਵੀ ਜਿਹੜੀਆਂ ਰਲ ਕੇ ਸਾਡੀਆਂ ਰਿਕਵਰੀ ਚੱਲਦੀਆਂ ਸਾਡਾ ਬੜਾ ਵਧੀਆ ਤਾਲਮੇਲ ਹੈ ਅਤੇ ਮੁਸਤੈਦੀ ਦੇ ਨਾਲ ਪੂਰਾ ਬੋਰਡਰਸ 'ਤੇ ਬੀ ਐਸ ਐਫ ਵੱਲੋਂ ਈਵਨ ਆਰਮੀ ਵੱਲੋਂ ਅਤੇ ਪੁਲਿਸ ਵੱਲੋਂ ਪੂਰੀ ਮੁਸਤੈਦੀ ਰੱਖੀ ਜਾ ਰਹੀ ਹੈ ਤਾਂ ਕਿ ਤਾਂ ਹੀ ਰਿਕਵਰੀ ਹੋ ਜਾਵੇ ਸਰ ਕਿਵੇਂ ਦੇਖਦੇ ਹੋ ਜਿਹੜੇ ਜਿਹੜੇ ਨਸ਼ਾ ਤਸਕਰ ਹੈਗੇ ਆ ਉਹ ਬਾਹਰ ਦਾ ਹੀ ਫਾਇਦਾ ਚੱਕਣ ਲੱਗ ਪਏ ਸੀਗੇ ਕਿ ਜਿੱਦਾਂ ਪਾਣੀ ਆਇਆ ਹੋਇਆ ਤਾਂ ਉਸਦੀ ਟੇਬਲ ਦੇ ਵਿੱਚ ਜਿਹੜੀ ਵੱਖ ਵੱਖ ਥਾਵਾਂ ਦੇ ਉੱਪਰ ਜਿਹੜੇ ਸਪਲਾਈ ਜਿਹੜੀ ਆ ਉਹ ਚੀਜ਼ ਕਰਦੇ ਸੀ ਉਹਦੇ ਪਹਿਲੇ ਫੋਨ ਦੇ ਵਿੱਚ ਉਹਦੇ ਪਹਿਲੇ ਪਾਣੀ ਹਾਂਜੀ ਉਹ ਤਾਂ ਹੈ ਜਿਹੜਾ ਪਾਣੀ ਦੇ ਨਾਲ ਜਿਵੇਂ ਕਈ ਜਗ੍ਹਾ ਤੋਂ ਤਾਰ ਉਹ ਖਰਾਬ ਹੋ ਗਈ ਜਿਹੜਾ ਫੈਂਸਿੰਗ ਲੱਗੀ ਸੀ ਫੈਂਸਿੰਗ ਟੁੱਟ ਗਈ ਜਾਂ ਉਹ ਜਗ੍ਹਾ ਪੱਟੀ ਗਈ ਉਸ ਦਾ ਵੀ ਫਾਇਦਾ ਉਠਾਇਆ ਅਤੇ ਜਿਹੜਾ ਪਾਣੀ ਭਰਨ ਕਰਕੇ ਜਿਹੜੀ ਉਹਦੀ ਬਿਜਲੀ ਜਿਹੜਾ ਉਹਦੇ ਨਾਲ ਵੀ ਕਰੰਟ ਵਗੈਰਾ ਜਿਹੜਾ ਲਾਇਆ ਹੁੰਦਾ ਉਹ ਵੀ ਕਈ ਜਗ੍ਹਾ ਤੋਂ ਨੁਕਸਾਨਿਆ ਗਿਆ ਉਹਦੇ ਕਰਕੇ ਉਹਨਾਂ ਨੂੰ ਦਰਿਆ ਦੇ ਪਾਣੀ ਦੇ ਵਧਣ ਕਰਕੇ ਬਲੱਡ ਵਾਟਰ ਆਨ ਕਰਕੇ ਉਹਦੇ ਕਰਕੇ ਵੀ ਉਹ ਕਾਫੀ ਇਸ ਨੂੰ ਆਪਦਾ ਮੌਕਾ ਸੰਭਾਲਣ ਦੇ ਮੌਕਾ ਇਸ ਉਠਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਆ ਜਿਵੇਂ ਫੜੇ ਗਏ ਆ ਅਤੇ ਫੜੇ ਜਾਣ ਤੋਂ ਤਾਂ ਆਪਾਂ ਨੂੰ ਇੱਕ ਇਹ ਚੰਗਾ ਇੰਡੀਕੇਸ਼ਨ ਹੀ ਹੈ ਵੀ ਪੁਲਿਸ ਵੱਲੋਂ ਬੀ ਐਸ ਐਫ ਵੱਲੋਂ ਸਾਰਿਆਂ ਵੱਲੋਂ ਇਹਦੀ ਮੁਸਤੈਦੀ ਹੈ ਸਾਰੇ ਅਲਰਟ ਹੈ ਤਾਂ ਹੀ ਆਪਾਂ ਨੂੰ ਫੜ ਵਿੱਚ ਕੰਮ ਦੇ ਇਹ ਜੀ ਆਪਣੀ ਜਿਹੜੀ ਹੁਸੈਨੀਵਾਲਾ ਤੋਂ ਜਿਹੜਾ ਪਾਹਦ ਪਿੰਡ ਹਜ਼ਾਰਾ ਸਿੰਘ ਵਾਲਾ ਇਹ ਹੁਸੈਨੀਵਾਲਾ ਤੋਂ ਜਿਹੜੇ ਬੈਕ ਸਾਈਡ ਤੋਂ ਜਦੋਂ ਜਾਈਦੀ ਹੈ ਸੜਕ ਜਾਂਦੀ ਹੈ ਉਹ ਉੱਥੇ ਕੋਈ ਥੋੜ੍ਹੀ ਜ਼ਿਆਦਾ ਉੱਥੇ ਦਰਖਤ ਵਗੈਰਾ ਲੱਗੇ ਆ ਜੰਗਲ ਕਹਿ ਲਓ ਜੰਗਲ ਟਾਈਪ ਉਸ ਜਗ੍ਹਾ ਹੈਗੀ ਹੈ ਉਸ ਏਰੀਏ ਦੇ ਵਿੱਚੋਂ ਅਤੇ ਉੱਥੋਂ ਕਰੀਬ ਜਿਹੜੀ ਫੈਂਸਿੰਗ ਹੈ ਬਾਰਡਰ ਹੈ ਉਸ ਤੋਂ ਅੱਗੇ ਆਈ ਵੀ ਉਹ ਕਰੀਬ 800 ਮੀਟਰ 700-800 ਮੀਟਰ ਹੈ ਇਹ ਰਾਤ ਹੈ